ਸਤਿ ਸ਼੍ਰੀ ਅਕਾਲ ਦੋਸਤੋ, ਸਾਡੇ ਯੂਟਿਊਬ ਚੈਨਲ APS ਵਿੱਚ ਤੁਹਾਡਾ ਸਵਾਗਤ ਹੈ। ਇਸ ਵੀਡੀਓ ਦੇ ਵਿੱਚ ਅੱਜ ਅਸੀਂ ਤੁਹਾਨੂੰ ਵਰਿੰਦਾਵਨ ਲੈ ਕੇ ਚੱਲਾਂਗੇ। ਇਹ ਅਨੰਦਪੁਰ ਸਾਹਿਬ ਤੋਂ ਵਰਿੰਦਾਵਨ 494 ਕਿਲੋਮੀਟਰ ਦੀ ਦੂਰੀ 'ਤੇ ਹੈ। ਵਰਿੰਦਾਵਨ ਅਤੇ ਮਥੁਰਾ ਨੂੰ ਇੱਕੋ ਹੀ ਤੀਰਥ ਮੰਨਿਆ ਜਾਂਦਾ ਹੈ, ਕਿਉਂਕਿ ਦੋਨੇ ਸਥਾਨ ਸ਼੍ਰੀ ਕ੍ਰਿਸ਼ਨ ਜੀ ਦੇ ਨਾਲ ਸੰਬੰਧਿਤ ਹਨ। ਸ਼੍ਰੀ ਕ੍ਰਿਸ਼ਨ ਜੀ ਦਾ ਬਚਪਨ ਵਰਿੰਦਾਵਨ ਵਿੱਚ ਬੀਤਿਆ। ਬਹੁਤੀਆਂ ਗੱਲਾਂ ਨਾ ਕਰਦੇ ਹੋਏ ਆ ਜਾਓ, ਤੁਹਾਨੂੰ ਵਰਿੰਦਾਵਨ ਦੇ ਮੰਦਰਾਂ ਦੇ ਦਰਸ਼ਨ ਕਰਵਾਈਏ। ਸਭ ਤੋਂ ਪਹਿਲਾਂ ਅਸੀਂ ਇਸ ਮੰਦਰ ਦੇ ਵਿੱਚ ਗਏ ਅਤੇ ਦਰਸ਼ਨ ਕੀਤੇ। ਆਹ ਦੇਖੋ ਜੀ, ਕਿੰਨੀ ਪਿਆਰੀ ਮੂਰਤੀ ਹੈ। ਰਾਧੇ ਰਾਧੇ ਬੋਲੋ, ਰਾਧੇ ਰਾਧੇ। ਇਸ ਮੰਦਰ ਤੋਂ ਬਾਅਦ ਅਸੀਂ ਬਾਂਕੇ ਬਿਹਾਰੀ ਮੰਦਰ ਗਏ, ਜਿਹੜਾ ਕਿ ਵਰਿੰਦਾਵਨ ਦੇ ਵਿੱਚ ਬਹੁਤ ਜ਼ਿਆਦਾ ਫੇਮਸ ਹੈ। ਇਹ ਹੈ ਬਾਂਕੇ ਬਿਹਾਰੀ ਮੰਦਰ ਦਾ ਅੰਦਰਲਾ ਦ੍ਰਿਸ਼। ਸ਼ਾਮ ਦੇ ਟਾਈਮ ਆਰਤੀ ਦਾ ਸਮਾਂ ਸੀਗਾ, ਇਸ ਕਰਕੇ ਇੱਥੇ ਬਹੁਤ ਜ਼ਿਆਦਾ ਰਸ਼ ਸੀ। ਸ਼੍ਰੀ ਕ੍ਰਿਸ਼ਨ ਜੀ ਦੇ ਭਗਤਾਂ ਵੱਲੋਂ ਤੁਸੀਂ ਇੱਥੇ ਉਹਨਾਂ ਨੂੰ ਭਜਨ ਕਰਦੇ ਦੇਖ ਸਕਦੇ ਹੋ। ਰਾਧੇ ਰਾਧੇ, ਰਾਧੇ ਰਾਧੇ। ਇਸ ਤੋਂ ਬਾਅਦ ਅਸੀਂ ਇਸਕੌਨ ਮੰਦਰ ਗਏ, ਜਿਨ੍ਹਾਂ ਨੂੰ ਅੰਗਰੇਜ਼ਾਂ ਦਾ ਮੰਦਰ ਵੀ ਕਿਹਾ ਜਾਂਦਾ ਹੈ। ਇੱਥੇ ਸਾਰੇ ਮੰਦਰਾਂ ਦੇ ਵਿੱਚ ਅੰਦਰੋਂ ਵੀਡੀਓ ਬਣਾਉਣੀ ਅਲਾਊਡ ਨਹੀਂ ਹੈ, ਇਸ ਕਰਕੇ ਅਸੀਂ ਤੁਹਾਨੂੰ ਅੰਦਰੋਂ ਵੀਡੀਓ ਨਹੀਂ ਦਿਖਾ ਸਕਦੇ। ਇਸ ਤੋਂ ਬਾਅਦ ਅਸੀਂ ਪ੍ਰੇਮ ਮੰਦਰ ਗਏ, ਜਿਹੜਾ ਕਿ ਬਹੁਤ ਵੱਡਾ, ਆਲੀਸ਼ਾਨ ਅਤੇ ਬਹੁਤ ਖੂਬਸੂਰਤ ਹੈ। ਇਸ ਮੰਦਰ ਦੇ ਜੇ ਤੁਸੀਂ ਦਰਸ਼ਨ ਕਰਨੇ ਹੋਣ ਤਾਂ ਤੁਸੀਂ ਸ਼ਾਮ ਦੇ ਸਮੇਂ ਹੀ ਆਇਓ, ਕਿਉਂਕਿ ਇੱਥੇ ਸ਼ਾਮ ਦਾ ਸਮੇਂ ਦੇ ਦਰਸ਼ਨ ਕਰਨੇ ਬਹੁਤ ਹੀ ਅਲੌਕਿਕ ਹੈ। ਇੱਥੇ ਕ੍ਰਿਸ਼ਨ ਜੀ ਦੀ ਮਿਊਜ਼ੀਅਮ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ। ਵਰਿੰਦਾਵਨ ਦੇ ਵਿੱਚ ਸਾਰੇ ਮੰਦਰ 12 ਵਜੇ ਤੋਂ ਲੈ ਕੇ 4:30 ਵਜੇ ਤੱਕ ਬੰਦ ਰਹਿੰਦੇ ਹਨ। ਇਹ ਹੈ ਪ੍ਰੇਮ ਮੰਦਰ ਦਾ ਅੰਦਰਲਾ ਦ੍ਰਿਸ਼। ਇੱਥੇ ਸ਼੍ਰੀ ਕ੍ਰਿਸ਼ਨ ਜੀ ਦੇ ਭਗਤ ਭਜਨ ਕਰਦੇ ਹੋਏ ਤੁਹਾਨੂੰ ਦਿਖ ਜਾਣਗੇ। ਰਾਧੇ ਰਾਧੇ, ਰਾਧੇ ਰਾਧੇ। ਤੁਹਾਨੂੰ ਇਹ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਜੇ ਹੁਣ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਦਿਓ ਜੀ। ਰਾਧੇ ਰਾਧੇ, ਰਾਧੇ ਰਾਧੇ।